ਜ਼ਮੀਰ ਦੇ ਵਾਲ ਦੱਸੋ, ਅਮਰੀਕਾ ਦੇ ਤਾਲੁਕਾਤ ਪਾਕਿਸਤਾਨ ਨਾਲ ਠੀਕ ਹਨ ਜਾਂ ਇੰਡੀਆ ਨਾਲ? ਇੰਡੀਆ ਨਾਲ। ਕਿਉਂ ਯਾਰ? ਰੋਜ਼ ਮੁਜ਼ਾਕਰਾਤ, ਰੋਜ਼ ਮੁਲਾਕਾਤਾਂ ਸਾਡੀਆਂ। ਕਿਹੜਾ ਇਕਾਸ਼ ਮੇਰੇ ਕੋਲ ਇਸ ਵੇਲੇ ਪਿਸਤੌਲ ਹੋਵੇ ਆ। ਤਾਂ ਕੀ ਕਰੋ? ਓਹੋ, ਮੈਂ ਤੇ ਕੋ ਮਾਰਾਂ ਫੈਰ ਵਾਲ, ਮੈਂ ਤੇ ਕੋ ਦੱਸਾਂ, ਆਮ ਬੰਦੇ ਕੋ ਤਾਂ ਗੋਲੀ ਵੱਜੀ ਨਾ, ਟਨ ਤੇ ਕੋ ਗੋਲੀ ਵੱਜੀ ਆ। ਗਾਲ ਉਹ ਹੈ ਨਾ, ਅਮਰੀਕਾ ਵਾਲੇ ਪਾਸੇ ਵੈਂਦੇ ਕਹਿੰਦੇ, ਹਮੇਸ਼ਾ ਪਾਣੀ ਜਿੱਕੇ ਵਾਲੇ ਪਾਸੇ ਵੈਂਦੇ, ਇਵੇਂ ਨਾ। ਅਮਰੀਕਾ ਦੇਖੋ, ਅਮਰੀਕਾ ਅਲਗ ਨਾਲ ਜੁਕਤਾ ਤੇ ਹੈ ਕਹਿਣਾ, ਜਿੱਕਾ ਹੈ ਮੈਂ ਤੂੰ ਕਮਾਂਡੋ ਤਨਜ਼ੀਮ ਹੈ। ਕਮਾਂਡੋ ਤਨਜ਼ੀਮ, ਕਮਾਂਡੋ ਤਨਜ਼ੀਮ ਕਿਆ ਹੁੰਦੀ ਹੈ? ਬੰਦੇ ਕੋ ਪਤਾ ਤਾਂ ਲੱਗੇ। ਸਰੈਕੀ ਛੋਦੇ ਬੜੇ ਸਾਦਾ ਲੋਕ ਹਨ, ਬੜੇ ਦਰਵੇਸ਼ ਲੋਕ ਹਨ, ਤੁਹਾਨੂੰ ਪਤਾ ਹੈ ਨਾ ਸਰੈਕੀ ਦਾ? ਪਤਾ ਹੈ ਨਾ, ਮੈਂ ਸਰੈਕੀਆਂ ਕੋ ਜਾਣਨਾ। ਦਰਵੇਸ਼ ਵੀ ਤੁਹਾਡੀ ਗੱਲ ਠੀਕ ਹੈ, ਹਾਂ, ਸਾਦਾ ਵੀ ਤੁਹਾਡੀ ਗੱਲ ਠੀਕ ਹੈ, ਹਾਂ, ਲੇਕ ਮਾਸੂਮ ਵੀ ਹਨ। ਕਿਵੇਂ ਮਾਸੂਮ? ਲੇਕਿਨ ਬੇਵਕੂਫ ਨਹੀਂ ਹੈ, ਮੈਂ ਤੁਹਾਨੂੰ ਦੱਸ ਦੇਵਾਂ ਨਾ। ਕਿਵੇਂ? ਤੁਸੀਂ ਪਤਾ ਹੈ ਕੋ ਮਿਸਾਲ ਹੈ ਤੁਹਾਡੇ ਕੋਲ? ਲਾਲਾ ਇਹਨਾਂ ਕੋ ਸਾਰਾ ਪਤਾ ਹੁੰਦਾ ਹੈ। ਕੋ ਮਿਸਾਲ ਹੈ ਤੁਹਾਡੇ ਕੋਲ? ਮੇਰੇ ਕੋਲ ਹਜ਼ਾਰਾਂ ਮਿਸਾਲਾਂ ਹੈ। ਕੋਈ ਇੱਕ ਮਿਸਾਲ ਲਿਓ। ਇਹ ਮੁਲਕ ਦਾ ਵਜ਼ੀਰ ਆਜ਼ਮ ਕੌਣ ਹੈ? ਸਰੈਕੀ। ਵਜ਼ੀਰ ਦਾਖਲਾ, ਵਜ਼ੀਰ ਖਾਰਜਾ? ਉਹ ਸਿਆਲਕੋਟੀ। ਵਜ਼ੀਰ ਦਾਖਲਾ ਸਿਆਲਕੋਟੀ। ਅੱਛਾ, ਵਜ਼ੀਰ ਖਾਰਜਾ ਸਰੈਕੀ। ਤੇ ਅਹਿਮ ਵਜ਼ੀਰ? ਅਹਿਮ ਵਜ਼ੀਰ ਪਾਣੀ ਬਿਜਲੀ ਲੋਡ ਸ਼ੈਡਿੰਗ, ਉਹ ਗੁਜਰ ਖਾਨ। ਗੁਜਰ ਖਾਨ, ਗੁਜਰ ਖਾਨ। ਹੁਣ ਤੁਸੀਂ ਇਹ ਦੇਖੋ ਕਿ ਜ਼ਿਆਦਾ ਤੋਂ ਜ਼ਿਆਦਾ ਸ਼ੋਭੇ, ਯਾਨੀ ਪਾਣੀ ਕਹਿ ਨਹੀਂ ਆਉਂਦਾ, ਬਿਜਲੀ ਨਹੀਂ ਆਉਂਦੀ, ਕਹਿ ਨਹੀਂ ਆਉਂਦੀ, ਸਾਰੇ ਸ਼ੋਭੇ ਕਿਨਾਂ ਕੋਲ ਹਨ? ਬਾਕੀ ਚਲਾਕਾਂ ਕੋਲ, ਤੇਜ਼ ਰਫਤਾਰਾਂ ਕੋਲ। ਤੇ ਜਿਹੜੇ ਖਾਸ ਸ਼ੋਭੇ ਈ ਮੁਲਕ ਕੋ ਸੰਭਾਲਣ ਵਾਲੇ ਹਨ, ਉਹ ਕਿਨਾਂ ਦੇ ਕੋਲ ਹਨ? ਸਾਡੇ ਕੋਲ। ਵੱਲ ਦੱਸ, ਇਹ ਬੇਵਕੂਫ ਹਨ? ਲੇਕਿਨ ਮੇਰੇ ਕੋਲ ਮਾਸੂਮ ਹਨ, ਦਰਵੇਸ਼ ਹਨ, ਚਲਾਕ ਕਹਿ ਨਹੀਂ। ਚਲਾਕ ਕੌਣ ਹਨ? ਸਿਆਲਕੋਟੀ ਜੀ, ਸਿਆਲਕੋਟੀ ਵਜ਼ੀਰ ਆਦੇ, ਵਜ਼ੀਰ ਦਾਖਲਾ, ਕਿ ਬਲੈਕ ਵਾਟਰ ਹੈ ਹੀ ਕਹਿਣਾ। ਹਾਂ, ਨਬੀ ਨੇ ਕੋ ਕਿਆ ਪਤਾ? ਕਿਆ ਨਬੀ ਨੇ ਕੋ? ਕੌਣ ਨਬੀ ਨੇ? ਜਿਹਨਾਂ ਕੋ ਨਜ਼ਰ ਕਹਿ ਨਹੀਂ ਆਉਂਦਾ, ਅੰਧੇ ਜਿਹੜੇ ਹੁੰਦੇ ਨੇ। ਲਾਲਾ, ਵਜ਼ੀਰ ਦਾਖਲਾ ਹੈ ਉਹ, ਵਜ਼ੀਰ ਦਾਖਲੇ ਬਾਰੇ ਸੁਣੀ ਆ ਤੋ ਅੰਧੇ ਨਹੀਂ ਆਉਂਦੇ। ਵਜ਼ੀਰ ਦਾਖਲਾ ਬਾਰ ਬਾਰ ਧਮਕਿਆ ਰਹਿੰਦਾ ਹੈ ਕਿ ਮੈਂ ਤੁਹਾਨੂੰ ਨਹੀਂ, ਉਹਨੇ ਕੋ ਦੇਂਦੇ ਜਿਹੜੇ ਬੰਬ ਦਬਾ ਕੇ ਕਰਦੇ ਨੇ, ਹੇਡੂ ਮੈਸੇਜ ਦੇ ਦਿੰਦੇ, ਫਿਰ ਪਹਿਲੇ ਡਿਮਾਰ ਦਾ ਇੱਥਾ ਕੋਈ ਬਲੈਕ ਵਾਟਰ ਕੋਈ ਨਹੀਂ, ਤੁਸੀਂ ਕੂੜ ਮਰੇ ਦੋ। ਦੂਜਾ ਵਾ ਤੇ ਇੱਥਾ ਕਿ ਮੈਂ ਦਹਿਸ਼ਤ ਗਰਦੇ ਕੋ ਹੁਕਮ ਲੈਣਾ, ਕਰਵਾਇਆ ਬੰਦ ਕਰ ਦੇਵਨ। ਲਾਲਾ ਅੱਖਾਂ ਖੁੱਲੀਆਂ ਰੱਖ, ਕਿਆ ਹੋ ਗਿਆ ਤੇਰੇ? ਲਾਲਾ ਕਿਆ, ਮੈਂ ਲਤੀਫਾ ਸੁਣਾ ਦਿੱਤੇ? ਓਏ, ਲਤੀਫਾ ਹੀ ਹੈ ਲਾਲਾ। ਕਿਆ ਲਤੀਫਾ ਇਹਦੇ? ਮੁਲਕ ਦੇ ਹਾਲਾਤ ਤੁਸੀਂ ਦੇਖੋ, ਵੱਲ ਵੀ ਆਦਾ ਪੇਜੇ, ਇਹ ਮੁਲਕ ਵਿੱਚ ਅਮਨ ਹੈ, ਇਹ ਮੁਲਕ ਵਿੱਚ ਬਲੈਕ ਵਾਟਰ ਕਹਿ ਨਹੀਂ, ਇਹ ਮੁਲਕ ਵਿੱਚ, ਉਹ ਤਾਂ ਇਹ ਵੀ ਆਦਾ ਲਾਲਾ, ਇੱਥੇ ਧਮਾਕੇ ਕਹਿ ਨਹੀਂ ਆਉਂਦੇ ਪਏ, ਉਹਨਾਂ ਕੋਲ ਤਾਂ ਕੋਈ ਸ਼ਾਇਦ ਨਜ਼ਰ ਹੀ ਨਹੀਂ। ਉਹ ਤਾਂ ਉਹ ਆਦੇ ਜੀ, ਇਹ ਮੀਡੀਆ ਜਿਹੜਾ ਹੈ ਇਹ ਵਧਾ ਚੜਾ ਕੇ ਦੱਸੇਂਦੇ। ਉਹ ਤਾਂ ਰਾਜਾ ਲੋਡ ਸ਼ੈਡਿੰਗ ਵੀ ਆਦੇ ਨਾ, ਵਜ਼ੀਰ ਲੋਡ ਸ਼ੈਡਿੰਗ, ਇਹ ਸਾਰੇ ਆਦੇ ਨੇ ਕਿ ਮੀਡੀਆ ਵਧਾ ਚੜਾ ਕੇ ਦੱਸੇਂਦੇ। ਹਾਲਾਂਕਿ ਈ ਮੁਲਕ ਦੇ ਵਿੱਚ, ਈ ਵਕਤ 'ਚ ਮੀਡੀਆ ਦਾ ਕਿਰਦਾਰ ਹਰ ਬੰਦੇ ਦੇ ਸਾਹਮਣੇ, ਮੀਡੀਆ ਇਹਨਾਂ ਕੋ ਨੰਗਾ ਕਰੇਂਦੇ, ਮੀਡੀਆ ਹਰ ਗੱਲ ਤੁਹਾਨੂੰ ਰਿਕਾਰਡ ਕਰਕੇ ਲਿਖੇਂਦੇ। ਜਿਹੜੇ ਹਾਲਾਤ ਹੁੰਦੇ ਪਏ ਹੁੰਦੇ ਨੇ ਉਹਦੇ ਉੱਤੇ ਕੈਮਰਾ ਮਰਿੰਦਾ ਨਾ, ਉਹਦੇ ਉੱਤੇ ਫੋਕਸ ਕਰਿਆ, ਬਿਲਕੁਲ ਫੋਕਸ, ਜਾਂ ਕਿਹਦਾ ਇਹ ਹੁੰਦਾ ਕਿ ਸੈੱਟ ਲਾ ਕੇ ਉਹਦੇ ਉੱਤੇ ਲਾਸ਼ਾਂ ਗਿਣਾਉਂਦੇ ਨੇ, ਉਹਦੇ ਉੱਤੇ ਕੈਮਰੇ ਮਾਰ ਕੇ ਤੁਹਾਨੂੰ ਦੇਖੇਂਦੇ ਨੇ। ਅੱਛਾ, ਮੈਨੂੰ ਇਹ ਦੱਸੋ, ਅਸਲੀਅਤ ਜਿਹੜੇ ਵੇਲੇ ਸਾਹਮਣੇ ਆਉਂਦੀ ਹੈ ਲਾਲਾ ਜੀ, ਦੁੱਖ ਤਾਂ ਆਉਂਦੇ ਨੇ, ਉਹਦੇ ਉੱਤੇ ਪਰਦਾ ਪਾਵਣ ਕੀਤੇ, ਵੱਲ ਇਹੋ ਜਿਹੇ ਬਿਆਨ ਦੇਵਣੇ ਪਾਉਂਦੇ। ਤੁਸੀਂ ਇਹ ਦੱਸੋ, ਵਜ਼ੀਰ ਦਾਖਲਾ ਕੋ ਕਿਆ ਕਰਨਾ ਚਾਹੀਦਾ? ਦੱਸੋ, ਵਜ਼ੀਰ ਦਾਖਲਾ ਕੋ ਲੱਕੜੀ ਦਾ ਕਾਰੋਬਾਰ ਕਰਨਾ ਚਾਹੀਦਾ। ਕਿਉਂ? ਹਾਂ, ਇੱਕ ਵੱਡੀ ਦੁਕਾਨ ਲਵੇ, ਉਹਦੇ ਵਿੱਚ ਫਰਨੀਚਰ ਵੇਚਾ ਕਰੇ। ਤਾਂ ਵਜ਼ੀਰ ਲੋਡ ਸ਼ੈਡਿੰਗ ਕੋ ਕਿਆ ਕਰਨਾ ਚਾਹੀਦਾ? ਵਜ਼ੀਰ ਲੋਡ ਸ਼ੈਡਿੰਗ ਕੋ ਚਾਹੀਦਾ ਇਸਤਰੀਆਂ ਦੀ ਦੁਕਾਨ ਬਣਾਵੇ। ਕਿਉਂ? ਬਿਜਲੀ ਦਾ ਕਾਰੋਬਾਰ ਹੈ, ਬਿਜਲੀ ਤਾਂ ਹੈਗਾ ਨਾਲ, ਇਸਤਰੀ ਕਿਹੜੇ ਕੰਮ ਦੀ? ਹੀਟਰ ਵੇਚੇ, ਕਿਹੜੇ ਹੀਟਰ? ਗੈਸ ਦੇ, ਗੈਸ ਦਾ ਸਮਾਨ ਵੇਚੇ। ਇਹ ਕੰਮ ਜਿਹੜਾ ਕਹਿੰਦਾ ਪਿਆ ਗੰਦਾ ਹੈ, ਕਿਹੜਾ? ਇਹ ਜਿਹੜਾ ਹੁਣ ਮੌਜੂਦਾ ਕੰਮ ਕਰ, ਨਹੀਂ ਤੇ ਇਹ ਜਿਹੜਾ ਮੈਂ ਕੰਮ ਦੱਸੇ ਨਾ, ਇਹ ਗੰਦਾ ਹੈ ਲਾਲਾ? ਉਹ ਕਾਰੋਬਾਰ ਹੈ, ਉਹ ਕਾਰੋਬਾਰ ਕਹਿੰਦੇ, ਇਹ ਕਾਰੋਬਾਰ ਕਹਿ ਨਹੀਂ, ਇਹ ਕੋਈ ਨਹੀਂ ਨਾ, ਇਹ ਜਾਬ ਹੈ। ਉਹ ਕਿਰਾਏ ਦੇ ਬਿਜਲੀ ਘਰ ਕਹਿੰਦਾ ਪਿਆ, ਇਹ ਥੋੜੀ ਗੱਲ ਹੈ। ਕਿਰਾਇਆ ਉਹਨਾਂ ਕੋਲ ਦੇਸੀ ਵੱਲ, ਕਿਰਾਇਆ ਤੁਸਾਂ ਲੈਣੇ ਮੈਂ, ਦੇਖੋ ਨਾ, ਕਿਰਾਇਆ ਤੁਸਾਂ ਲੈਣੇ ਵੱਲ, ਉਹ ਗੱਲ ਜਤੋਈ ਘੁੰਮ ਕੇ ਵੱਲ ਥਾਂ ਹੀ ਆਵੇ ਨੇ, ਯਾਨੀ ਜ਼ਮੀਨ ਗੋਲ, ਤੇਰਾ ਮੂੰਹ ਗੋਲ,
تیری گلاں گول